ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਨੋ ਜੀ ਆਇਆਂ ਨੂੰ ਪਾਖੜਾ ਨਹਿਰ 'ਚ ਸਰਦਾਰ ਜੀ ਨੇ ਮਾਰਤੀ ਸ਼ਾਲ ਗੋਤਾ ਖੋਰਾ ਨੇ ਅੱਜ ਗੱਡੀ ਲਾਸ਼ ਦਾ ਉੱਡ ਗੇ ਹੋਸ਼ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਖਬਰ ਨਿਊਜ਼ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜ਼ਿਲ੍ਹਾ ਪਟਿਆਲਾ ਦੇ ਪਿੰਡ ਕੈਦੂਪੁਰ ਦੇ ਸਰਪੰੰਦੇ ਦਾਰ ਸਿੰਘ ਵੱਲੋਂ ਪਾਖੜਾ ਨਹਿਰ 'ਚ ਸ਼ਾਲ ਮਾਰ ਦਿੱਤੀ ਗਈ ਹੈ ਮ੍ਰਿਤਿਕ ਦੇ ਪਰਿਵਾਰ ਵੱਲੋਂ ਪੰਚਾਇਤੀ ਸੈਕਟਰ ਜੀ ਆਦੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਕਾਰਨ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਮੈਕਮੇ ਦੇ ਬੰਦੇ ਆ ਤੇ ਹਮਲਾ ਮਾਮਲਾ ਦਰਜ ਨਹੀਂ ਹੁੰਦਾ ਉੰਨੀ ਦੇਰ ਤੱਕ ਮ੍ਰਿਤਿਕ ਦੇ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਮ੍ਰਿਤਿਕ ਸਰਪੰਚ ਦੀਦਾਰ ਸਿੰਘ ਦੇ ਭਰਾ ਤਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਦੀਦਾਰ ਸਿੰਘ ਬੀਡੀਪੀਓ ਦਫ਼ਤਰ ਤੋਂ ਫੋਨ ਆਉਂਦਾ ਰਿਹਾ ਸੀ ਉਸ ਦੇ ਸਿਰ ਤੇ 4-5 ਲੱਖ ਰੁਪਏ ਖੜਿਆ ਸੀ ਉਸ ਦਾ ਰਿਕਾਰਡ ਵੀ ਨਹੀਂ ਸਿੱਧਤਾ ਜਾ ਰਿਹਾ ਹੈ ਪਰ ਰਮਜੀਤ ਸਿੰਘ ਦਾ ਕਹਿਣਾ ਹੈ ਕਿ 10 15 ਜਨਵਾਰ ਸਿੰਘ ਸਹਿਸ ਮਹਿਸੂਸ ਨਹੀਂ ਕਰ ਰਿਹਾ ਸੀ ਉਹ 1 ਲੱਖ ਰੁਪਏ ਲੈ ਕੇ ਸਕੂਟੀ ਤੇ ਸਵਾਰ ਹੋ ਕੇ ਦਫਤਰ ਗਿਆ ਗੋਤਖੋਰਾ ਨੇ ਉਸ ਦੀ ਮ੍ਰਿਤਕ ਦੇ ਬਰਾਮਦ ਕੀਤੀ ਉਸ ਕੋਲੋਂ ਖਾਲੀ ਪਰਸ ਮਿਲਿਆ ਉਸ ਦੇ ਸਿਕਿਉ ਸਕੂਟਰੀ ਪੈਸੇ ਫੋਨ ਦਾ ਕੋਈ ਹਤਾ ਪਤਾ ਨਹੀਂ ਇੱਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਜੇ ਇਤੇ ਸਕੂਟਰੀ ਨੇ ਸਰਪੰਚ ਦੇ ਸਿਰ ਤੇ ਪੈਸੇ ਦਿਖਾ ਦਿੱਤੇ ਉਹੇ ਕੰਮ ਦੀ ਮੰਗਤੀ ਨਹੀਂ ਕੀਤੀ ਜਾਂਦੀ ਦیدار ਸਿੰਘ ਨੇ ਇਹ ਵੀ ਦੱਸਿਆ ਹੈ ਕਿ ਉਸ ਤੋਂ ਖਾਲੀ ਚੈੱਕਾਂ ਉੱਤੇ ਦਸਤਖਤ ਵੀ ਕਰਵਾ ਲਏ ਗਏ ਬਾਕੀ ਖਬਰ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ